ਤਕਾਲਸ ਟੀਵੀ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਇੰਦਰਜੀਤ ਸਿੰਘ ਚਹਿਲ ਲੰਘੇ ਕੱਲ ਪੰਚਾਇਤੀ ਚੋਣਾਂ ਦੀਆਂ ਤਰੀਖਾਂ ਦਾ ਐਲਾਨ ਹੋ ਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਵੱਖੋ-ਵੱਖਰੀਆਂ ਖਬਰਾਂ ਪੰਚਾਇਤੀ ਚੋਣਾਂ ਦੇ ਨਾਲ ਸਬੰਧਤ ਸਾਹਮਣੇ ਆ ਰਹੀਆਂ ਨੇ ਸਭ ਤੋਂ ਪਹਿਲਾਂ ਜਾਣਕਾਰੀ ਦੇ ਦਈਏ ਕਿ ਸਮਰਾਲਾ ਸਬਡਿਵੀਜ਼ਨ ਦੇ ਮਾਛੀਵਾੜਾ ਬਲਾਕ ਦੇ ਪਿੰਡ ਟੱਪਰੀਆਂ ਨੇ ਅੱਜ ਸਰਬਸੰਮਤੀ ਦੇ ਨਾਲ ਆਪਣੀ ਪੰਚਾਇਤ ਜਿਹੜੀ ਉਹ ਚੁਣ ਲਈ ਹੈ ਜਿਸ ਦੇ ਕਰਕੇ ਇਸ ਪਿੰਡ ਨੇ ਪੰਜਾਬ ਦੀ ਸਭ ਤੋਂ ਪਹਿਲੀ ਇਸ ਵਾਰ ਦੀ ਸਭ ਤੋਂ ਪਹਿਲੀ ਸਰਬਸੰਮਤੀ ਦੇ ਨਾਲ ਪੰਚਾਇਤ ਜਿਹੜੀ ਚੁਣੀ ਹੈ ਇਹ ਜਿਹੜਾ ਖਤਾਬ ਹਾਸਲ ਕਰ ਲਿਆ ਹੈ ਦਰਅਸਲ ਜਦੋਂ ਚੋਣਾਂ ਦਾ ਐਲਾਨ ਹੋਇਆ ਸੀ ਤਾਂ ਨਾਲ ਦੀ ਨਾਲ ਪਿੰਡ ਵਾਸੀਆਂ ਨੇ ਵੀ ਇਕੱਠੇ ਹੋ ਕੇ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਤੇ ਨਾਲ ਦੀ ਨਾਲ ਪੰਜ ਮੈਂਬਰ ਪੰਚਾਇਤ ਵੀ ਸਰਬਸੰਮਤੀ ਦੇ ਨਾਲ ਚੁਣ ਲਿਆ ਦਰਅਸਲ ਜਦੋਂ ਤੋਂ ਲਾਗਲੇ ਪਿੰਡ ਦੇ ਨਾਲ ਉਹ ਵੱਖ ਹੋ ਕੇ ਇਸ ਪਿੰਡ ਟੱਪਰੀਆਂ ਦੀ ಗ್ರಾಮ ਪੰਚਾਇਤ ਬਣੀ ਹੈ ਉਦੋਂ ਤੋਂ ਸਿਰਫ ਔਰ ਸਿਰਫ ਦੋ ਬਾਰ ਪੰਚਾਇਤੀ ਚੋਣਾਂ ਹੋਈਆਂ ਨੇ ਉਸ ਤੋਂ ਇਲਾਵਾ ਬਾਕੀ ਬਾਰ ਜਿਹੜਾ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਦੇ ਨਾਲ ਆਪਣਾ ਸਰਪੰਚ ਚੁਣਿਆ ਤੇ ਪੰਚ ਚੁਣਿਆ ਤੇ ਦੂਸਰੇ ਪਾਸੇ ਖਬਰ ਬਠਿੰਡੇ ਤੋਂ ਵੀ ਸਾਹਮਣੇ ਆ ਰਹੀ ਹੈ ਜਿੱਥੇ ਵੱਡਾ ਵਿਰੋਧ ਕੀਤਾ ਗਿਆ ਹੈ ਲਹਿਰਾ ਮੁਹੱਬਤ ਦੇ ਵਿੱਚ ਅੱਜ ਸਵੇਰੇ ਜਿਹੜੇ ਬਠਿੰਡਾ ਦਾ ਲਹਿਰਾ ਵੇਗਾ ਪਿੰਡ ਹੈ ਉੱਥੋਂ ਦੇ ਵਸਨੀਕਾਂ ਨੇ ਆਪਣੇ ਜਿਹੜਾ ਰੋਸਟਰ ਹੈ ਰੋਸਟਰ ਨੂੰ ਲੈ ਕੇ ਮਸਲਾ ਖੜਾ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਪਿੰਡ ਹੈ ਓਹੋ ਜਨਰਲ ਤੋਂ ਰਿਜ਼ਰਵ ਕਰ ਦਿੱਤਾ ਗਿਆ ਐਸਾ ਨਹੀਂ ਹੋਣਾ ਚਾਹੀਦਾ ਸੀ ਜਨਰਲ ਤੋਂ ਰਿਜ਼ਰਵ ਇਸ ਪਿੰਡ ਨੂੰ ਨਹੀਂ ਕੀਤਾ ਜਾਣਾ ਚਾਹੀਦਾ ਸੀ ਜਿਸ ਤੇ ਚੱਲਦੇ ਫਿਰ ਪਿੰਡ ਵਾਸੀਆਂ ਨੇ ਬਠਿੰਡਾ ਚੰਡੀਗੜ੍ਹ ਹਾਈਵੇ ਜਿਹੜਾ ਉਹਨੂੰ ਜਾਮ ਕਰ ਦਿੱਤਾ ਵੱਡੇ ਪੱਦਰ ਤੇ ਪ੍ਰਦਰਸ਼ਨ ਕੀਤਾ ਗਿਆ ਪਰ ਮੌਕੇ ਤੇ ਫਿਰ ਪੁਲਿਸ ਮੁਲਾਜ਼ਮ ਪਹੁੰਚਦੇ ਆ ਤੇ ਪਿੰਡ ਵਾਸੀਆਂ ਨੂੰ ਸਮਝਾ ਬਜਾ ਕੇ ਥੋੜਾ ਬਹੁਤਾ ਆਸੇ ਪਾਸੇ ਕੀਤਾ ਜਾਂਦਾ ਪਰ ਇਹਦੇ ਨਾਲ ਹੀ ਸੁਖਪਾਲ ਖੈਰਾ ਦੀ ਗੱਲ ਕਰ ਲੈਣੇ ਆ ਸੁਖਪਾਲ ਸਿੰਘ ਖੈਰਾ ਕਾਂਗਰਸੀ ਲੀਡਰ ਨੇ ਉਹਨਾਂ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਆ ਦਰਅਸਲ ਉਹਨਾਂ ਨੇ ਫੇਸਬੁੱਕ ਦੇ ਉੱਤੇ ਲਾਈਵ ਆ ਕੇ ਇੱਕ ਵੀਡੀਓ ਪੋਸਟ ਕੀਤੀ ਤੇ ਉਹਦੇ ਚ ਉਹਨਾਂ ਨੇ ਸਾਰੀ ਗੱਲ ਦੱਸੀ ਕਿ ਸਵਾਲ ਚੁੱਕ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਉੱਤੇ ਕਿ ਜਿਹੜੀ ਸਰਕਾਰ ਹੈ ਉਹ ਜਾਣਬੁੱਝ ਕੇ ਇੱਕ ਤਾਂ ਚੋਣਾਂ ਦੇ ਸੀਜ਼ਨ ਦੇ ਵਿੱਚ ਚੋਣਾਂ ਰੱਖਦੀ ਹੈ ਤਾਂ ਜੋ ਇਸ ਵਾਰ ਚੋਣਾਂ ਦੇ ਦਰਮਿਆਨ ਲੋਕਾਂ ਨੂੰ ਭੰਬਲ ਭੂਸੇ 'ਚ ਪਾਇਆ ਜਾਵੇ ਦੂਜੇ ਪਾਸੇ ਜੁਡੀਸ਼ਰੀ ਦੀ ਉਹਨਾਂ ਨੇ ਗੱਲ ਕੀਤੀ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਟੈਨਿਓਰ ਦੀ ਗੱਲ ਕੀਤੀ ਸੁਖਪਾਲ ਸਿੰਘ ਖੈਰਾ ਨੇ ਇਹ ਗੱਲ ਆਖੀ ਹੈ ਕਿ ਪੰਚਾਇਤਾਂ ਦਾ ਇੱਕ ਸਾਲ ਟੈਨਿਓਰ ਹੈ ਜਿਹੜਾ ਉਹ ਪਹਿਲਾਂ ਡਿਲੇ ਕੀਤਾ ਗਿਆ ਡਿਲੇ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਕੰਮ ਸੀ ਉਹ ਪੂਰੇ ਦਾ ਪੂਰਾ ਕੰਮ ਸੀ ਉੱਥੇ ਪ੍ਰਬੰਧਕ ਲਗਾ ਦਿੱਤੇ ਗਏ ਤੇ ਪੈਸੇ ਖੁਰਦਬੁਰਦ ਖੁਰਦਬੁਰਦ ਕੀਤੇ ਗਏ ਇਹਦੇ ਕਰਕੇ ਕਹਿੰਦੇ ਜੀ ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹ ਨਹੀਂ ਹੋ ਸਕਿਆ 2.5 ਸਾਲਾਂ ਦੇ ਦਰਮਿਆਨ ਉਹ ਪੂਰਾ ਵਿਕਾਸ ਪਿੰਡੂ ਵਿਕਾਸ ਨਹੀਂ ਹੋ ਸਕਿਆ ਤੇ ਉਸ ਤੋਂ ਬਾਅਦ ਦੇ ਵਿੱਚ ਵਾੜਬੰਦੀ ਨੂੰ ਲੈ ਕੇ ਉਹਨਾਂ ਸਵਾਲ ਖੜੇ ਕੀਤੇ ਉਹ ਕਹਿੰਦੇ ਬੜੇ ਬੇਟੰਗੇ ਤਰਤੀਬ ਦੇ ਨਾਲ ਵਾੜਬੰਦੀ ਕੀਤੀ ਗਈ ਤੇ ਜਿਹੜੇ ਲੋਕ ਇਹਨਾਂ ਨੂੰ ਲੱਗਦੇ ਸੀ ਕਿ ਵਿਰੋਧੀ ਪਾਰਟੀਆਂ ਦੇ ਨਾਲ ਸੰਬੰਧਿਤ ਹੈ ਉਹਨਾਂ ਨੂੰ ਦੂਰ ਦਰਾਡੇ ਦੇ ਵਾੜਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਤੇ ਨਾਲ ਉਹ ਸੂਚੀ ਵੀ ਲੁਕੋ ਕੇ ਰੱਖੀ ਤੇ ਉਸ ਤੋਂ ਬਾਅਦ ਵਿੱਚ ਸਰਪੰਚੀ ਦੇ ਰੋਸਟਰ ਦੀ ਗੱਲ ਆ ਗਈ ਉਹਨਾਂ ਨੇ ਕਿਹਾ ਕਿ ਅੱਜ ਸਵੇਰ ਤੱਕ ਡੀਸੀਜ਼ ਨੇ ਲੋਕਾਂ ਨੂੰ ਰੋਸਟਰ ਨਹੀਂ ਦਿੱਤਾ ਲੋਕ ਹਜੇ ਵੀ ਫੋਨ ਕਰ ਕਰ ਪੁੱਛ ਰਹੇ ਕਿ ਸਾਡਾ ਪਿੰਡ ਜਿਹੜਾ ਉਹ ਰਿਜ਼ਰਵ ਰੱਖਿਆ ਗਿਆ ਜਾਂ ਫਿਰ ਓਪਨ ਰੱਖਿਆ ਗਿਆ ਤਾਂ ਉਹਨਾਂ ਕਿਹਾ ਕਿ ਕਈ ਪਿੰਡ ਨੇ ਜਿਹੜੇ ਤੀਜੀ ਤੀਜੀ ਚੌਥੀ ਚੌਥੀ ਵਾਰ ਲਗਾਤਾਰ ਰਿਜ਼ਰਵ ਰੱਖੇ ਗਏ ਆ ਜਦ ਕਿ ਉੱਥੇ ਰੋਟੇਟ ਹੋਣਾ ਚਾਹੀਦਾ ਸੀ ਤੇ ਕਈ ਪਿੰਡ ਜਿੱਥੇ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਲੋਕ ਸਾਡੇ ਪੱਖ ਦੇ ਵਿੱਚ ਵੋਟ ਪਾ ਸਕਦੇ ਆ ਉਹਨਾਂ ਨੂੰ ਲਗਾਤਾਰ ਤੀਜੀ ਚੌਥੀ ਬਾਅਦ ਤੋਂ ਬਾਅਦ ਦੇ ਵਿੱਚ ਵੀ ਜਨਰਲ ਦੇ ਵਿੱਚ ਰੱਖਿਆ ਗਿਆ ਤਾਂ ਫਿਰ ਉਹਨਾਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਡੈਮੋਕ੍ਰੇਸੀ ਦੇ ਪਿੱਲਰ ਹੁੰਦੀਆਂ ਨੇ ਇੱਥੋਂ ਸ਼ੁਰੂਆਤ ਹੁੰਦੀ ਹੈ ਡੈਮੋਕ੍ਰੇਸੀ ਦੀ ਤਾਂ ਫਿਰ ਜੇਕਰ ਰਿਜ਼ਰਵੇਸ਼ਨ ਦਾ ਜਿਹੜਾ ਰੋਸਟਰ ਹੈ ਉਹ ਵਿਡੀਓ ਦਫ਼ਤਰਾਂ ਦੇ ਬਾਹਰ ਇੱਕ ਮਹੀਨਾ ਪਹਿਲਾਂ ਲਗਾ ਦਿੱਤਾ ਜਾਂਦਾ ਤਾਂ ਲੋਕਾਂ ਨੂੰ ਵੀ ਪਤਾ ਲੱਗ ਜਾਣਾ ਸੀ ਤੇ ਇਹ ਚੀਜ਼ ਜਾਣਬੁੱਝ ਕੇ ਉਹਨਾਂ ਕਿਹਾ ਕਿ ਲੁਕੋਕੇ ਰੱਖੀ ਗਈ ਮੌਕੇ ਦੇ ਉੱਤੇ ਤਾਂ ਰੋਸਟਰ ਇਹ ਜਾਰੀ ਕੀਤਾ ਗਿਆ ਤਾਂ ਜੋ ਲੋਕ ਜਿਹਨੂੰ ਕਿਸੇ ਨੂੰ ਵੀ ਆਬਜੈਕਸ਼ਨ ਆ ਆਪਣੇ ਪਿੰਡ ਦੇ ਵਿੱਚ ਰਿਜ਼ਰਵੇਸ਼ਨ ਨੂੰ ਲੈ ਕੇ ਜਾਂ ਓਪਨ ਨੂੰ ਲੈ ਕੇ ਉਹ ਹਾਈ ਕੋਰਟ ਜਾ ਕੇ ਅਪੀਲ ਨਾ ਕਰ ਸਕਣ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਸਾਰਾ ਪੰਜਾਬ ਚੋਣਾਂ ਦੀ ਬਾਡੀ ਦੇ ਵਿੱਚ ਵਿਅਸਤ ਹੈ ਇੱਕ ਤਰੀਕ ਤੋਂ ਸਰਕਾਰੀ ਖਰੀਦ ਵੀ ਸ਼ੁਰੂ ਹੋ ਜਾਣੀ ਹੈ ਪਰ 15 ਅਕਤੂਬਰ ਤੋਂ ਜਿਹੜੀਆਂ ਚੋਣਾਂ ਨੇ ਉਹ ਰੱਖ ਲਈਆਂ ਗਈਆਂ ਨੇ ਤਾਂ ਬਿਲਕੁਲ ਝੋਨੇ ਦਾ ਪੀਕ ਸੀਜ਼ਨ ਹੁੰਦਾ ਹੈ ਉਸ ਮੌਕੇ ਦੇ ਉੱਤੇ ਜਿਹੜੇ ਕਿਸਾਨ ਨੇ ਖੇਤ ਮਜ਼ਦੂਰ ਔਰਤਾਂ ਤੇ ਗਰੀਬ ਲੋਕ ਉਹ ਜਿਹੜੇ ਕਮਾਕਾਰਾਂ ਦੇ ਵਿੱਚ ਰੁੱਝੇ ਹੁੰਦੇ ਆ ਅਜਿਹੇ ਦੇ ਵਿੱਚ ਇੱਕ ਪਾਸੇ ਆਪਣਾ ਢਿੱਡ ਭਰਨਾ ਦੂਜੇ ਪਾਸੇ ਝੋਨਾ ਚ हिस्सा ਲੈਣਾ ਇਹ ਇਹ ਚੀਜ਼ ਦੇ ਵਿੱਚ ਲੋਕ ਉਹਨਾਂ ਨੇ ਕਿਹਾ ਕਿ ਫਸ ਜਾਣਗੇ ਉਹਨਾਂ ਕਹਿੰਦੇ ਕਿ ਅਫਸਰ ਅਫਸਰ ਸ਼ਾਹੀਏ ਜਿਹੜੀ ਉਹਨੂੰ ਤੇ ਚਲੋ ਸੋਹਣੀਹਾੜੀ ਦਾ ਨਹੀਂ ਪਤਾ ਹੁੰਦਾ ਘਟੂ ਘਟ ਸਾਡੇ ਪਿੰਡਾਂ ਚ ਚੁਣੇ ਹੋਏ ਐਮਐਲਏ ਤੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਨੂੰ ਤੇ ਸੋਹਣੀਹਾੜੀ ਦਾ ਪਤਾ ਹੀ ਹੈ ਤੇ ਇਹਨਾਂ ਨੇ ਘਟੋਕਾ ਟੇਸ ਚੀਜ਼ਾਂ ਤੇ ਖਿਆਲ ਰੱਖਣਾ ਸੀ ਇਹ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਤੁਸੀਂ ਪਹਿਲਾਂ 1 ਸਾਲ ਚੋਂ ਡਿਲੇ ਕੀਤੀ ਤੇ ਜੇਕਰ 1 ਮਹੀਨਾ ਹੋਰ ਤੁਸੀਂ ਡਿਲੇ ਕਰ ਲੈਂਦੇ ਤਾਂ ਫਿਰ ਹੋਰ ਕੀ ਗੁਨਾਹ ਹੋ ਜਾਂਦਾ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਸਵਾਲ ਚੁੱਕੇ ਉਹਨਾਂ ਕਹਿ ਕੇ ਜਾਣਬੁੱਝ ਕੇ ਝੋਨੇ ਦੇ ਸੀਜ਼ਨ ਦੇ ਦਰਮਿਆਨ ਇਹ ਚੋਣਾ ਰੱਖੀਆਂ ਗਈਆਂ ਤਾਂ ਜੋ ਲੋਕਾਂ ਨੂੰ ਭੱਲਪੁੱਸੇ ਦੇ ਵਿੱਚ ਪਾਇਆ ਜਾਵੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਵੀ ਵਾਰਡ ਮੰਡੀ ਨੂੰ ਲੈ ਕੇ ਕੋਈ ਆਬਜੈਕਸ਼ਨ ਕੀਤੀ ਹੈ ਤਾਂ ਉਹਨਾਂ ਦੀਆਂ ਅਰਜ਼ੀਆਂ ਰੱਖ ਲਈਆਂ ਗਈਆਂ ਕੋਈ ਰਸੀਦ ਨਹੀਂ ਦਿੱਤੀ ਗਈ ਤੇ ਉਹ ਸਭ ਕੁਝ ਜਿਉਂ ਦੀ ਤਿਉਂ ਖੁਰਦਪੁਰਦ ਕਰ ਦਿੱਤਾ ਗਿਆ ਕਿਸੇ ਨੂੰ ਵੀ ਪਤਾ ਨਹੀਂ ਲੱਗਰ ਦਿੱਤਾ ਕਿ ਅਗਲੀ ਗੱਲ ਉਹਨਾਂ ਨੇ ਆਖੀ ਆ ਕਿ ਇਸ ਵਾਰ ਜਿਹੜਾ ਖਰਚੇ ਦੀ ਲਿਮਟ ਆਉ 30 ਤੋਂ ਲੈ ਕੇ 40000 ਇੱਕ ਪਾਸੇ 30000 ਦੂਜੇ ਪਾਸੇ 40000 ਰੱਖੀ ਆ ਪਰ ਉਹਨਾਂ ਕਿਹਾ ਕਿ ਚੋਣ ਕਮਿਸ਼ਨ ਦੇ ਨਖੇਟੇ ਚੋਣਾ ਹੋਣੀ ਆ ਨਹੀਂ ਤੇ ਸਭ ਨੂੰ ਪਤਾ ਹੈ ਕਿ ਇਹਦੇ ਚ ਲੱਖਾਂ ਰੁਪਏ ਜਿਹੜਾ ਉਹ ਖਰਚਿਆ ਜਾਏਗਾ ਤਾਂ ਫਿਰ ਉਹਨਾਂ ਕਿਹਾ ਕਿ ਲਿਮਟ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਸੀ ਤੇ ਉਹਨਾਂ ਦੇ ਨਾਲ ਦੀ ਨਾਲ ਚੋਣ ਪ੍ਰਣਾਲੀ ਐਡਮਿਨਿਸਟ੍ਰੇਟਿਵ ਤੇ ਜੁਡੀਸ਼ਰੀ ਦੇ ਵਿੱਚ ਵੱਡੇ ਪੱਧਰ ਤੇ ਰਿਫਾਰਮ ਦੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਰਿਫਾਰਮ ਕਰਨ ਦੀ ਲੋੜ ਹੈ ਤੇ ਦੂਜੇ ਪਾਸੇ ਜੇਕਰ ਕੋਈ ਉਹਨਾਂ ਕਿਹਾ ਮਾਲਵਿੰਦਰ ਮੱਲੀ ਵਰਗਾ ਸਰਕਾਰ ਦੇ ਉੱਤੇ ਸਵਾਲ ਚੁੱਕਦਾ ਹੈ ਜਾਂ ਤਾਂ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਜਾਂ ਫਿਰ ਅਕਲਿਆਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਖਾਤੇ ਨੇ ਉਹ ਬੰਦ ਕਰ ਦਿੱਤੇ ਜਾਂਦੇ ਆ ਤੇ ਇਸੇ ਕਰਕੇ ਕਹਿੰਦੇ ਕੋਈ ਬਦਲਾਅ ਬਣਾ ਹੋਇਆ ਇਹ ਤੇ ਬਦਲਾਅ ਹੋ ਗਿਆ ਇਸ ਤਰੀਕੇ ਦੇ ਨਾਲ ਸਖਪਾਲ ਖਹਿਰਾ ਦੇ ਵੱਲੋਂ ਜਦੋਂ ਹੀ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਨਾਲ ਦੀ ਨਾਲ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਪੰਚਾਇਤੀ ਚੋਣਾਂ ਦੇ ਰੋਸਟਰ ਨੂੰ ਲੈ ਕੇ ਵੱਡਾ ਜਿਹੜਾ ਬਖੀੜਾ ਖੜਾ ਹੋਇਆ ਪਿਆ ਇੱਕ ਪਾਸੇ ਪਿੰਡ ਵਾਸੀ ਸੜਕਾਂ ਜਾਮ ਕਰ ਰਹੇ ਨੇ ਤੇ ਦੂਸਰੇ ਪਾਸੇ ਕਈ ਪਿੰਡ ਅਜੇ ਨਹੀਂ ਜਿਨ੍ਹਾਂ ਨੇ ਸਰਬਸੰਮਤੀ ਦੇ ਨਾਲ ਚੋਣਾਂ ਇਹ ਜਿਹੜੇ ਸਰਬਸੰਮਤੀ ਦੇ ਨਾਲ ਆਪੋ ਆਪਣੇ ਪਿੰਡਾਂ ਦੇ ਸਰਪੰਚ ਤੇ ਪੰਚ ਚੁਣੇ ਅਤੇ ਹੁਣ 15 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ ਵੇਖਣਾ ਬਣਦਾ ਹੈ ਕਿ ਉਦੋਂ ਤੱਕ ਹੋਰ ਕਿਹੜੇ-ਕਿਹੜੇ ਜਿਹੜੇ ਨਵੇਂ ਸਵਾਲ ਨੇ ਉਹ ਉੱਠ ਕੇ ਸਰਕਾਰ ਦੇ ਸਾਹਮਣੇ ਆਉਂਦੇ ਆ।